ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜਿੱਥੇ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ, ਉਵੇਂ ਪੱਤਰਕਾਰ ਭਾਈਚਾਰੇ ਲਈ ਸੁਲਤਾਨਪੁਰ ਲੋਧੀ 'ਚ ਪ੍ਰੈਸ ਕਲੱਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਵੀ ਪਾਏ ਗਏ। ਇਸ ਸਮਾਗਮ 'ਚ ਸੰਤ ਸਿੰਚੇਵਾਲ ਵੱਲੋਂ ਰੀਵਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਇਸ ਸਮਾਗਮ 'ਚ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਮੌਜੂਦ ਸਨ। ਗੱਲਬਾਤ ਦੌਰਾਨ ਸੰਤ ਸਿੰਚੇਵਾਲ ਦਾ ਕਹਿਣਾ ਹੈ ਕਿ ਪ੍ਰਕਾਸ਼ ਪੁਰਬ ਮੌਕੇ ਮੀਡੀਆ ਵੱਲੋਂ ਸਮਾਗਮ ਦੀ ਕਵਰੇਜ ਕੀਤੀ ਜਾਣੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਇੱਥੇ ਪ੍ਰੈਸ ਕਲੱਬ ਬਣਵਾਇਆ ਗਿਆ। ਬਹੁਤ ਚਿਰਾਂ ਦੀ ਮੰਗ ਸੀ ਲੋਕਤੰਤਰ ਦਾ ਸੌਖਾ ਕੰਮ ਪ੍ਰੈਸ ਵਾਸਤੇ ਜਿਹੜਾ ਹੈ ਅਸਥਾਨ ਬਣਿਆ, ਪ੍ਰੈਸ ਕਲੱਬ ਬਣਿਆ। ਸੋ ਅਸੀਂ ਸਾਰੀਆਂ ਗੁਰਸੰਗਤਾਂ ਨੂੰ, ਸਾਰੇ ਮੀਡੀਆ ਨੂੰ ਅਤੇ ਜਿਹੜੇ ਜਿਹਨਾਂ ਨੇ ਇਸ ਪ੍ਰੈਸ ਕਲੱਬ ਦੇ ਵਿੱਚ ਬਣਨ ਦੇ ਵਿੱਚ ਤਨ ਮਨ ਧਨ ਕਰਕੇ ਸੇਵਾ ਕੀਤੀ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। 550 ਸਾਲਾਂ ਦੇ ਉੱਤੇ ਬਹੁਤ ਵਧੀਆ ਜਿਹੜਾ ਹੈ ਸਮੇਂ ਦੇ ਉੱਤੇ ਪ੍ਰੈਸ ਕਲੱਬ ਜਿਹੜਾ ਪ੍ਰੈਸ ਨੂੰ ਮਿਲਿਆ, ਇਹ ਬਹੁਤ ਹੀ ਮਾਣ ਸਤਿਕਾਰ ਵਾਲੀ ਗੱਲ ਆ। ਬਹੁਤ ਬਹੁਤ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਬੜੇ ਚਿਰਾਂ ਤੋਂ ਪੱਤਰਕਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਦੇਖਦੇ ਹੋਏ ਪ੍ਰੈਸ ਕਲੱਬ ਦਾ ਨਿਰਮਾਣ ਕੀਤਾ ਗਿਆ। ਮੁਬਾਰਕਾਂ ਸਾਡੇ ਸੁਲਤਾਨਪੁਰ ਲੋਧੀ ਦੇ ਜਿਹਨੇ ਪੱਤਰਕਾਰ ਵੀਰ ਆ ਉਹਨਾਂ ਦੀ ਮਿਹਨਤ ਰੰਗ ਲਿਆਈ ਆ। ਬਹੁਤ ਬੜੀ ਦੇਰ ਦੀ ਜਿਹੜੀ ਹੈ ਲੋੜ ਸੀਗੀ ਕਿ ਪ੍ਰੈਸ ਕਲੱਬ ਦੇ ਵਿੱਚ ਆ ਕੇ ਬੈਠ ਕੇ ਸਾਰੇ ਔਰ ਇੱਕ ਪਤਾ ਹੁੰਦਾ ਵੀ ਆਹ ਚੀਜ਼ ਨੇ ਜਿਹੜੀ ਆ ਮੇਰੀ ਵਰਜੀ ਸਾਰਿਆਂ ਦੀ ਮਿਲ ਜਾਣੀ ਆ। ਬਹੁਤ ਸੋਹਣਾ ਬਣਿਆ ਪ੍ਰੈਸ ਕਲੱਬ, ਇਸ ਲਈ ਇਹਨਾਂ ਸਾਰਿਆਂ ਨੂੰ ਸਾਡੇ 550 ਸਾਲਾਂ ਦੇ ਇਹ ਇੱਕ ਗਿਫਟ ਮਿਲਿਆ। ਬਹੁਤ ਹੀ ਮੁਬਾਰਕਾਂ ਸਾਰਿਆਂ ਨੂੰ, ਸਾਡਾ ਦੇਣ ਜਿਹੜਾ ਥੋੜ੍ਹੇ ਤੋਂ ਰਹਿ ਗਿਆ ਮੁਸਲਮਾਨ ਸਾਰਿਆਂ ਨੇ ਬਹੁਤ ਬੜੀ ਖੁਸ਼ੀ ਬਾਹਰ ਹੋਣੀ ਜਿਹੜਾ ਹੁੰਦਾ ਆਪਣੀ ਇੰਡੀਆ ਲੈਵਲ ਤੋਂ ਉਹਨਾਂ ਨੂੰ ਵੀ ਪਤਾ ਹੁੰਦਾ ਤਾਂ ਵੀ ਸਾਡੇ ਵੀ ਪ੍ਰੈਸ ਕਲੱਬ ਬਣਿਆ ਜਾਏਗਾ। ਇਸ ਲਈ ਵਰਤਦੇ ਵਰਨਾ ਸਾਰੇ ਪਰਿਵਾਰ ਵੱਲੋਂ ਨਿਕਾਲ ਦੀ ਸਰਕਾਰ ਵੱਲੋਂ ਇਸ ਸਬੰਧੀ ਪ੍ਰੈਸ ਕਲੱਬ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਪੱਤਰਕਾਰਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਪੱਤਰਕਾਰਾਂ ਲਈ ਪ੍ਰੈਸ ਕਲੱਬ ਬਣਵਾਇਆ ਗਿਆ। 550ਵੇਂ ਸ਼ਤਾਬਦੀ ਸਮਾਗਮ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਦਾ ਅੱਜ ਸਮੂਹ ਸੰਗਤ ਵੱਲੋਂ, ਮਹਾਂਪੁਰਖਾਂ ਵੱਲੋਂ ਉਦਘਾਟਨ ਕੀਤਾ ਗਿਆ, ਕਿਉਂਕਿ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਇਸ ਕਲੱਬ ਹੈ। ਇਹਦੇ ਇੱਥੇ ਦੇਸ਼ ਵਿਦੇਸ਼ ਜਿਹੜੇ ਪੱਤਰਕਾਰ ਆਉਣੇ ਆ ਉਹਨਾਂ ਦੀ ਸਹੂਲਤ ਵਾਸਤੇ ਇਹ ਬਣਾਇਆ ਗਿਆ ਹੈ। ਸੋ ਮੈਂ ਆਸ ਕਰਦਾ ਵਾਂ ਵੀ ਆਉਣ ਵਾਲੇ ਪੱਤਰਕਾਰਾਂ ਨੂੰ ਇਸ ਪ੍ਰੈਸ ਕਲੱਬ ਦੇ ਵਿੱਚ ਸਾਰੀਆਂ ਸਹੂਲਤਾਂ ਹੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਨੂੰ ਕੋਈ ਪ੍ਰਕਾਰ ਦੀ ਮੁਸ਼ਕਲ ਨਾ ਆਵੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।